थाना कच्चा पक्का दी पुलिस ने दो नौजवानों नू चोरी दे चार मोटरसाइकलां समेत कीता काबू। मामला दर्ज, एक नौजवान भज्जण विच होया कामयाब। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਧਰੂਮਨ ਐਚ ਨਿੰਬਲੇ ਦੇ ਹੁਕਮਾਂ ਅਤੇ ਡਿਵੀਜ਼ਨ ਭੀਖੀਵਿੰਡ ਦੇ DSP ਰਾਜਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਥਾਣਾ ਕੱਚਾ ਪੱਕਾ ਦੇ SHO ਗੁਰਨੇਕ ਸਿੰਘ ਅਤੇ ASI ਗਰਮੀਤ ਸਿੰਘ ਨੇ ਦੋ ਨੌਜਵਾਨਾਂ ਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਉਰਫ ਸ਼ੀਰਾ ਅਤੇ ਸੋਨਾ ਸਿੰਘ ਪੁੱਤਰ ਨਿੰਦਰ ਸਿੰਘ ਨੂੰ ਚਾਰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਅਤੇ ਇੱਕ ਸਾਥੀ ਸਾਰਾ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਚੂਸਲੇਵੜ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਕਿਸ ਮਸਲੇ ਸਰ ਰੱਖੀ ਗਈ? ਹਾਂਜੀ ਹਾਂਜੀ, ਸਾਡੇ ਜਿਹੜੇ ਮਾਣਯੋਗ SSP ਸਾਹਿਬ ਸ੍ਰੀ ਤਰੋਂ ਐਚ ਨਿਮਲੇ IPS SSP ਸਾਹਿਬ ਤਰਨ ਤਾਰਨ ਦੀਆਂ ਜਿਹੜੀਆਂ ਵਾ ਸਖਤ ਹਦਾਇਤਾਂ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਜਿਹੜੀ ਆ ਇਹ ਸਪੈਸ਼ਲ ਨਾਕਾਬੰਦੀ ASI ਗੁਰਮੀਤ ਸਿੰਘ ਥਾਣਾ ਕੱਚਾ ਪੱਕਾ ਅਤੇ ਇਹਨਾਂ ਦੀ ਪੁਲਿਸ ਪਾਰਟੀ ਨੇ SHO ਕੱਚਾ ਪੱਕਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਹੜੀ ਕੀਤੀ ਸੀਗੀ ਅਤੇ ਇਹਨਾਂ ਨੂੰ ਮੁਖਬਰੀ ਹੋਈ ਕਿ ਜਿਹੜਾ ਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਸੋਨਾ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੂਸਲੇਵਾੜ ਅਤੇ ਇਹਨਾਂ ਦਾ ਇੱਕ ਸਾਥੀ ਜਿਹੜਾ ਵਾ ਸਾਧਾ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਚੂਸਲੇਵਾੜ ਜਿਹੜੇ ਆ ਇਹ ਚੋਰੀ ਦੇ ਮੋਟਰਸਾਈਕਲ ਜਿਹੜੇ ਆ ਕਰਕੇ ਅਤੇ ਗਾਂਹ ਅੱਗੇ ਜਿਹੜੇ ਆ ਇਲਾਕੇ ਦੇ ਵਿੱਚ ਸਸਤੇ ਭਾਅ ਦੇ ਉੱਤੇ ਵੇਚਦੇ ਆ ਅਤੇ ਅੱਜ ਵੀ ਜਿਹੜੇ ਆ ਇਹ ਮੋਟਰਸਾਈਕਲ ਚੋਰੀ ਕਰਕੇ ਅਤੇ ਵੇਚਣ ਦੀ ਨੀਤ ਨਾਲ ਆ ਰਹੇ ਆ ਜਿੱਥੇ ਇਹਨਾਂ ਨੇ ਜਿਹੜਾ ਪਿੰਡ ਮਾਣਕਪੁਰਾ ਦੇ ਬਾਰ ਬਾਰ ਨਾਕਾਬੰਦੀ ਕੀਤੀ ਅਤੇ ਜਿਹੜੇ ਦੋ ਮੋਟਰਸਾਈਕਲ ਆਏ ਜਿਨ੍ਹਾਂ ਦੇ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਰੁਕਣ ਦੇ ਉੱਤੇ ਜਿਹੜਾ ਇੱਕ ਪਿੱਛੋਂ ਉਤਰ ਕੇ ਜਿਹੜਾ ਸੀਗਾ ਨੌਜਵਾਨ ਉਹ ਭੱਜ ਗਿਆ ਅਤੇ ਦੋ ਜਿਹੜੇ ਕਾਬੂ ਕਰ ਲਏ ਜਿਨ੍ਹਾਂ ਨੇ ਆਪਣੇ ਨਾਂ ਰਵਿੰਦਰ ਸਿੰਘ ਅਤੇ ਦੂਜੇ ਨੇ ਸੋਨਾ ਸਿੰਘ ਦੱਸਿਆ ਜਿਨ੍ਹਾਂ ਦੇ ਕੋਲੋਂ ਜਿਹੜੇ ਦੋ ਮੋਟਰਸਾਈਕਲ ਮਿਲੇ ਆ ਜਿਹੜੇ ਇਹਨਾਂ ਕੋਈ ਇਹਨਾਂ ਕਾਗਜ਼ ਪੱਤਰ ਨਹੀਂ ਵਿਖਾ ਸਕੇ ਅਤੇ ਜਿਹੜੇ ਇਹਨਾਂ ਕਿਹਾ ਵੀ ਅਸੀਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀ ਆ ਅਤੇ ਇਸ ਤੋਂ ਬਾਅਦ ਇਹਨਾਂ ਦੇ ਜਿਹੜਾ ਸ਼ਾਪ ਦੇ ਉੱਤੇ ਇਹਨਾਂ ਨੇ ਦੋ ਮੋਟਰਸਾਈਕਲ ਹੋਰ ਬਰਾਮਦ ਕਰਾਏ ਆ ਹੁਣ ਤੱਕ ਇਹਨਾਂ ਕੋਲ ਚਾਰ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਅਤੇ ਤੀਸਰਾ ਦੋਸ਼ੀ ਜਿਹੜਾ ਵਾ ਇਹ ਸਾਧਾ ਸਿੰਘ ਉਹਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਅਤੇ ਦੋਸ਼ੀਆਂ ਨੂੰ ਅੱਜ ਜਿਹੜਾ ਵਾ ਰਿਮਾਂਡ ਲੈਣ ਲਈ ਇਲਾਕਾ ਮਜਿਸਟਰੇਟ ਸਾਹਿਬ ਦੇ ਪੇਸ਼ ਕੀਤਾ ਜਾ ਰਿਹਾ। ਸਰ ਪਹਿਲਾਂ ਵੀ ਕੋਈ ਇਹਨਾਂ ਦੇ ਚੋਰੀ ਦੇ ਪਰਚੇ ਦਰਜ ਨੇ ਜਾਂ? ਹਾਂਜੀ ਹਾਂਜੀ, ਉਹਦੇ ਬਾਰੇ ਅਸੀਂ ਰਿਕਾਰਡ ਜਿਹੜਾ ਇਹਨਾਂ ਦਾ ਪਿੰਡ ਚੂਸਲੇਵਾੜ ਆ ਥਾਣਾ ਸਦਰ ਪੱਟੀ ਦੇ ਉੱਤੋਂ ਅਸੀਂ ਘੋਖ ਕਰ ਰਹੇ ਹਾਂ ਅਤੇ ਉਹ ਜੋ ਵੀ ਰਿਕਾਰਡ 'ਤੇ ਆਏਗਾ ਉਹਦੇ ਮੁਤਾਬਕ ਤੁਹਾਨੂੰ ਦੱਸਿਆ ਜਾਵੇਗਾ।